ਪੇਮੈਂਟੂ ਜੇ ਆਪਾਂ ਗੱਲ ਕਰ ਰਹੇ ਸੀ ਜੀ ਕਿ ਹੁਣ ਅਕਾਲੀ ਵੀ ਜਵਾਬ ਦੇਗੇ ਬਹਿਸ ਤੋਂ ਕਿਨੇ ਕਿੰਨਾ ਹੀ ਭਾਈ ਸਾਥ ਨਹੀਂ ਬਹਿਸ ਹੁੰਦੀ ਤੁਹਾਡੇ ਨਾਲ ਕਿ ਨਹੀਂ ਦੇਖੋ ਅਕਾਲੀਆਂ ਦੀ ਆਪਣੀ ਮਰਜ਼ੀ ਹੋਣ ਤੱਕੇ ਨਾਲ ਤੇ ਆਮ ਆਦਮੀ ਪਾਰਟੀ ਵਾਲੇ ਉਹਨਾਂ ਨੂੰ ਲਿਜਾਣੋ ਰਹਿ ਤੇ ਨਾ ਹੀ ਆਪਾਂ ਕਿਸੇ ਦਾ ਵੀ ਜਾਓ ਨਾ ਜੀ ਨਾ ਤੇਰਾ ਦਿਲ ਮਰਜ਼ੀ ਦਾ مالک ਐ ਸੀ ਰੋਕਣ ਵਾਲੇ ਕੌਣ ਕੋੜੇ ਤੇ ਗੋਰਾ ਚੱਕ ਵਾਲਾ ਹੀ ਰੋ ਹਟਿਆ ਜੀ ਵੈਸੀ ਭਾਈ ਰੋਕਣ ਵਾਲੇ ਕੋਈ ਨਹੀਂ ਹੁੰਦੇ ਜੀ ਅਸੀਂ ਕੌਣ ਨਾ ਰੋਕਣ ਵਾਲੇ ਆ ਤੇ ਨਾ ਟੋਕਣ ਵਾਲੇ ਆ ਤੇ ਨਾ ਇਹਨਾਂ ਨੂੰ ਤੋੜਨ ਵਾਲੇ ਆ ਨਾ ਮੋੜਨ ਵਾਲੇ ਆ ਪਹਿਲਾਂ ਤਾਂ ਚਲੋ ਚੰਦੂ ਮਾਜਰਾ ਸਾਹਿਬ ਤੇ ਆ ਜੀ ਉਹ ਤਾਂ ਕਹਿੰਦੇ ਕਿ ਅਸੀਂ ਤਾਂ ਬਈ ਬਣਾਤੇ ਜਿਵੇਂ ਸੁਖਵੀਰ ਬਾਦਲ ਤਾਂ ਪਹਿਲਾਂ ਕਹਿੰਦੇ ਕਿ ਵਰਕਰਾਂ ਚ ਕਰੰਟ ਬਹੁਤ ਆ ਬਹੁਤ ਕਰੰਟ ਹੈ ਉਹ ਕਹਿੰਦੇ ਤੇ ਵੀ ਰੈਲੀ ਕਰਦੇ ਆਂਗੇ ਮੰਗਲ ਤੇ ਮੰਗਲ ਤੇ ਉਹ ਕਹਿੰਦੇ ਉਡਣਖ ਟੋਲੇ ਬਣਾ ਲਈ ਉਡਣ ਹੈ ਉਹ ਆਪਣਾ ਉਡਣੇ ਦਸਤੇ ਮੈਂ ਆਖਿਆ ਕਿ ਉਡਣਾਂ ਦੇ ਖਟੋਲੇ ਕਿਤੇ ਖੰਭ ਲੱਗ ਗਏ ਉਹਨਾਂ ਨੂੰ ਕਾਲੀਆਂ ਨਹੀਂ ਮੈਂ ਵੀ ਸੋਚੀ ਇਹ ਮੈਂ ਕਿਹਾ ਵੀ ਇਹ ਕੀ ਚੱਕਰ ਆ ਕਹਿੰਦੇ ਕਿ ਸਾਡੇ ਤਾਂ ਉਡਣੇ ਦਸਤੇ ਬਣਾ ਲਏ ਅਸੀਂ ਤੇ ਉਡਣ ਦਸਤੇ ਅੱਛਾ ਫਲਾਈਂਗ ਸਕੁਐਡ ਜਿੱਦਾਂ ਆਪਾਂ ਕਹਿੰਦੇ ਹਾਂਜੀ ਹਾਂਜੀ ਨਹੀਂ ਉਹ ਤਾਂ ਬਈ ਐਸਵਾਈਐਲ ਦੇ ਮੁੱਦੇ ਤੇ ਨਾ ਜਿਹੜ ਉਹ ਸ਼ੁਰੂ ਤੋਂ ਹੀ ਬੜਾ ਗੰਭੀਰ ਨੇ ਅੱਛਾ ਜੀ ਬੜਾ ਗੰਭੀਰ ਨੇ ਕਿੰਨੇ ਕ ਟਾਈਮ ਤੋਂ ਗੰਭੀਰ ਹੈ ਦੱਸ ਦਿਓ ਪਹਿਲਾਂ ਚਲੋ ਧਾਰਨੀ ਦੇ ਦਿਓ ਗੰਭੀਰ ਹਾਂ ਲੰਬੇ ਸਮੇਂ ਤੋਂ ਗੰਭੀਰ ਨੇ ਮੈਂ ਤੁਹਾਨੂੰ ਉਹਨਾਂ ਦੀ ਗੰਭੀਰਤਾ ਤੇ ਉਹਨਾਂ ਦੇ ਐਕਸ਼ਨ ਥੋੜੇ ਜੇ ਜ਼ਰੂਰ ਸੁਣਾਉਣੇ ਚਾਹਾਂਗਾ ਜੀ ਸੁਣੀਏ ਜੀ ਹਾਂ ਜੀ ਹਾਂ ਜੀ ਕਰੀਏ ਸ਼ੁਰੂ ਕਰੋ ਕਰੋ देखिए पंजाब की धरती पे किसी को कोई अधिकार ही है कि खुदाई शुरू करे जाए, यहां का पानी करे। हमने तो श्रीमती इंदिरा गांधी से हाथ से पटल खोलिया था जो कैप्टन अमरिंदर सिंह ने चांदी का पटल फड़ाया था उसको एस वाई एल से मिट्टी निकालने के लिए हमने तो वो छीन लिया था ये हमारे चोट आई हुई है देखो मेरे गुटे पे तो नैलो वाले जहाँ और कोई कैसे कर लेंगे ऐसा नहीं ਤੇ ਉਡਣ ਦੱਸਤੇ ਫਿਰ ਕੋਈ ਨਵੀਂ ਗੱਲ ਨਹੀਂ ਗੱਲ ਇੱਕ ਹੋਰ ਆ ਜੇ ਡਿਮਾਂਡ ਆਗੀ ਤਾਂ ਦੁਬਾਰੇ ਸੁਣਾਉਣਾ ਪੈ ਸਕਦਾ ਤੁਹਾਨੂੰ ਆਡੀਅੰਸ ਚ ਕਿਸੇ ਨੂੰ ਆ ਜੀ ਆ ਜੀ ਇਹ ਆਗੀ ਤਾਂ ਇਹ ਬੜਾ ਚਰਚਿਤ ਬਿਆਨ ਸੀ ਉਸ ਵੇਲੇ ਉਹ ਤੋਂ ਪੂਰੇ ਮਤਲਬ ਕਿ ਭਾਈ ਕਿਸੇ ਚੱਲੇ ਹੋਏ ਨੇ ਇਹਨਾਂ ਨੇ ਦੱਸਿਆ ਕਹਿੰਦੇ ਵੀ ਹੁਣ ਭਾਈ ਮੈਂ ਦੇਖੋ ਸਿਆਣੇ ਬਿਹਣੇ ਆਦਮੀ ਮੈਂ ਮਜ਼ਾਕ ਨਹੀਂ ਉਡਾ ਸਕਦਾ ਜੀ ਕਿਸੇ ਦੀ ਵੀ ਬੋਲੀ ਪਾਸ਼ਾ ਦਾ ਮਜ਼ਾਕ ਢਾਉਣਾ ਚੰਗੀ ਗੱਲ ਨਹੀਂ ਹੁੰਦੀ ਜੀ ਖਿੱਲੀ ਨਹੀਂ ਉਡਾਉਣੀ ਆਪਾਂ ਪਰ ਤੁਹਾਨੂੰ ਪਤਾ ਨਾ ਇਹਨਾਂ ਨੇ ਕਿਹਾ ਸੀਗਾ ਉਹਨਾਂ ਦਾ ਕੈਮਰਾ ਜੀ ਕਹਿੰਦੇ ਵੀ ਮੈਂ ਤੇ ਬਠਲ ਲੈ ਕੇ ਨੱਸ ਗਿਆ ਸੇਂਦਰਾ ਗਾਂਧੀ ਦੇ ਹੱਥ ਤੋਂ ਜੀ ਤੇ ਮੇਰੇ ਤੇ ਅਗੂਠੇ ਤੇ ਸੱਟ ਲੱਗੀ ਆ ਤੇ ਜਿਹੜੇ ਬੰਦਿਆਂ ਨੇ ਬਠਲ ਤੱਕ ਖੋਲੇ ਹੋਣ ਪ੍ਰਧਾਨ ਮੰਤਰੀ ਦੇ ਹੱਥੋਂ ਤੇ ਭਈ ਉਹ ਉਡਣ ਦਸਤੇ ਕਿਉਂ ਨਾ ਬਣਾਣਗੇ ਜੀ ਅਸਲ 'ਚ ਯਾਨੀ ਇਹ ਜਿਹੜੀ ਸਾਰੀ ਗੱਲ ਆ ਨਾ ਉਹ ਇਹ ਆ ਕਿ ਇਹ ਕਹਿੰਦੇ ਆ ਕਿ 1 ਨਵੰਬਰ ਨੂੰ ਕੇਂਦਰੀ ਟੀਮਾਂ ਨੇ ਆ ਜਾਣਾ ਹੈ ਅੱਛਾ ਜੀ ਕਹਿੰਦੇ ਸਾਡੇ ਕੋਲ ਪੂਰੀ ਪੁਖਤਾ ਜਾਣਕਾਰੀ ਆ ਤੇ ਮਾਨ ਸਾਹਿਬ ਕੀ ਹੈ ਕਿ ਉਸੇ ਦਿਨ ਰੱਖ ਕੇ ਬੈਗ ਗੇ ਡਿਬੇਟ ਗੱਲ ਬੜੀ ਤਤੇ ਦੀ ਕਰ ਰਹੇ ਨੇ ਚੰਦੂ ਮਾਜਰਾ ਸਾਹਿਬ ਉਹ ਕਹਿੰਦੇ ਵੀ ਅਸੀਂ ਆਪਸ ਚ ਲੜੀ ਜਾਈਏ ਤੇ ਕੇਂਦਰੀ ਟੀਮਾਂ ਮਤਲਬ ਕਿ ਪਿਛੋਂ ਦੀ ਆ ਕੇ ਤੇ ਇੱਥੇ ਕੰਮ ਕਰ ਜਾਣ ਫਿਰ ਆਸੀਂ ਨਿਕਮੇ ਹੋਏ ਨਾ ਗੱਲ ਉਹਨਾਂ ਦੀ ਠੀਕ ਹੈ ਵੀ ਅਸੀਂ ਅਗਦੇ ਵੀ ਅਸੀਂ ਸਾਡਾ ਟਾਈਮ ਬੰਨਿਆ ਉਧਰ ਤੇ ਉਹ ਮਗਰੋਂ ਆ ਕੇ ਕੰਮ ਕਰ ਜਾਣ ਟਾਈਮ ਬੱਜੇ ਤੇ ਜਾਣ ਵੀ ਅਸੀਂ ਤੇ ਟਾਈਮ ਬੰਨਿਆ ਆਮ ਆਦਮੀ ਪਾਰਟੀ ਵਾਲਿਆਂ ਨਾਲ ਤੇ ਪਿਛੋਂ ਕੋਈ ਤੀਜਾ ਹੀ ਕਾਰਵਾਈ ਪਾ ਜਾਵੇ ਗੁਰਦਾਸ ਮਾਨ ਦੀਆਂ ਨਾ ਗਾਣਿਆਂ ਦੀਆਂ ਪੰਕਤੀਆਂ ਕਈ ਯਾਦ ਆ ਜਾਂਦੀਆਂ ਨੇ ਜੀ ਤਾਂ ਅੱਜ ਕੱਲ ਗੁਰਦਾਸ ਮਾਨ ਫੇਰ ਚਰਚਾ 'ਚ ਆ ਗਏ ਆ ਚਲੋ ਉਹ ਪਾਸੇ ਰੱਖਦੇ ਇੱਕ ਵਾਰੀ ਆਪਾਂ ਉਹ ਆਂਦਾ ਦੋ ਜਣਿਆਂ ਦੀ ਲੜਾਈ ਵਿੱਚ ਫਾਇਦਾ ਚੁੱਕਦਾ ਕੋਈ ਤੀਜਾ ਹੈ ਜੀ ਹਨਾ ਕਈ ਵਾਰ ਉਹ ਕਹਿੰਦੇ ਵੀ ਤੀਜਾ ਦਾ ਨਾ ਲਾ ਜਾਵੇ ਫਿਰ ਡਿਬੇਟ ਡਬੂਟ ਆਪਸ ਦੇ ਵਿੱਚ ਸਾਡਾ ਲੜਨ ਦਾ ਕੋਈ ਤੁਕ ਬਣਦਾ ਹੈ ਜੀ ਭਾਈ ਅਸੀਂ ਤੇ ਉਡਣ ਦਸਤੇ ਇਸ ਕਰਕੇ ਬਣਾਏ ਆ ਵੀ ਜਿੱਥੇ ਵੀ ਕਿਤੇ ਕਿਤੇ ਉਹ ਟੀਮ ਮਿਲ ਜਾਏਗੀ ਸਾਡੇ ਉਡਣ ਦਸਤੇ ਮਰੋ ਦੇ ਨੱਕ ਲੋ ਨਹੀਂ ਨੱਪ ਲੋ ਨਹੀਂ ਨੱਪ ਲੋ ਭਾਵ ਕੇ ਬਾਈ ਪਹੁੰਚੇ ਗਟੋਟ ਪ੍ਰਦਰਸ਼ਨ ਕਰਨਗੇ ਉੱਥੇ ਰੋਸ ਮੋਰਚਾ ਨੱਪ ਲੋਵ ਦਾ ਜਾ ਕੇ ਕਹਿੰਦੇ ਵੀ ਕਿਸੇ ਵੀ ਸੂਰਤ ਦੇ ਵਿੱਚ ਪਾਣੀ ਨਾ ਜਾਣ ਦੇ ਮੰਗਿਆ ਸੀ ਜੀ ਤਾਂ ਇਹ ਉਹਨਾਂ ਦਾ ਤਰਕ ਆ ਕਿ ਅਸੀਂ ਬੈਸਬੂਸ ਦੇ ਵਿੱਚ ਬਾਈ ਨਹੀਂ ਜਾਣਾ ਸਿੱਧੀ ਸਾਫ਼ ਗੱਲ ਆ ਤੇ ਜਾਖੜ ਸਾਹਿਬ ਤੇ ਹੁਣ ਆਪ ਹੀ ਕਹਿ ਚੁੱਕੇ ਆ ਕਿ ਮੈਂ ਬਾਈ ਟੈਗੋਰ ਥੀਏਟਰ ਚ ਕਿਉਂ ਜਾਵਾਂ ਮੈਂ ਕੋਈ ਮਜਾਈਆ ਕਲਾਕਾਰ ਹਾਂ ਤੇ ਉਹਨਾਂ ਨੇ ਵੈਸੇ ਕਿਹਾ ਕਹਿੰਦੇ ਬੋਰ ਰੱਖ ਲਓ ਮੈਂ ਕਿਹਾ ਜੀ ਉਹ ਬੋਰ ਕਿੱਥੇ ਤੁਸੀਂ ਤੇ ਕਹੋਗੇ ਗੰਗਾ ਨਗਰ ਚੱਲਦੇ ਆ ਇੰਨੇ ਦੂਰ ਥੋੜੀ ਆਉਂਦੇ ਅਗਲੇ ਉਹਨਾਂ ਨੇ ਦੂਸਰਾ ਆਪਸ਼ਨ ਜਿਹੜਾ ਪੀਏਯੂ ਸੀਗਾ ਉਹ ਚੁਣ ਲਿਆ ਹੁਣ ਜਾਖੜ ਸਾਹਿਬ ਉਸ ਤੋਂ ਬਾਅਦ ਬੋਲੇ ਨਹੀਂ ਕਿ ਆਉਗੇ ਕਿ ਨਹੀਂ ਆਉਗੇ ਹੁਣ ਕਾਂਗਰਸ ਰਹਿ ਗਈ ਕਾਂਗਰਸ ਵਾਲਿਆਂ ਨੇ ਵੀ ਸਵੇਰ ਦਾ ਕੁਝ ਨਹੀਂ ਦੱਸਿਆ ਕਿ ਹਾਂ ਭਈ ਐਸੀ ਜਾਣਾ ਹੈ ਕਿ ਨਹੀਂ ਜਾਣਾ ਜੀ ਸ਼ਾਇਦ ਉਹਤਲਿਆਂ ਨੇ ਕਿਹਾ ਹੋਣਾ ਇੰਡੀਆ ਵਾਲਿਆਂ ਨੇ ਕਿ ਤੁਹਾਡਾ ਭਲਾ ਹੋ ਜੇ ਤੁਹਾਡਾ ਅਸੀਂ ਤੇ ਉੱਤੇ ਬਗਲਗੀਰ ਹੋਏ ਪਏ ਆ ਤੇ ਤੁਸੀਂ ਥੱਲੇ ਆ ਕੁਝ ਕਰ ਰਹੇ ਜੇ ਮੈਨੂੰ ਲੱਗਦਾ ਇਹ ਬਹਿਸ ਜਿਹੜੀ ਆ ਨਾ ਭਜਪਾਲੇ ਤਾਂ ਸ਼ਾਇਦ ਹੀ ਜਾਣਗੇ ਕਾਲੀ ਤਾਂ ਸਾਫ਼ ਕਰ ਗਾਇਆ ਕਾਂਗਰਸ ਵਾਲਿਆਂ ਨੂੰ ਜੇ ਉਹਨਾਂ ਨੇ ਰੋਕ ਦਿੱਤਾ ਅਜਾ ਰਾਜਾ ਵੜਿੰਗ ਤੇ ਦਿੱਲੀ ਨੂੰ ਗਏ ਨੇ ਤੇ ਫਿਰ ਬਹਿਸ ਦੇ ਵਿੱਚ ਮੈਨੂੰ ਲੱਗਦਾ ਕਿ ਇਦਾਂ ਆ ਕਿ ਬੰਦੇ ਫਿਰ ਕਿਹੜੇ ਬੁਲਾਏ ਜਾਣ ਉਹਨੋਂ ਆਪਸ 'ਚ ਹੀ ਕਰ ਲੋ ਜਾਂ ਤੇ ਬਹਿਸ ਆਪਸ 'ਚ ਹੀ ਕਰ ਲੋ ਜੇ ਨਹੀਂ ਤੇ ਇੱਕ ਆਈਡੀਆ ਹੋਰ ਹੋ ਸਕਦਾ ਹੈ ਵੀ ਜਿਹੜਾ ਉਹ ਕੰਮ ਕਰ ਜਾਵੇ ਕਿ ਹੁਣ ਸਾਰਾ ਕੁਝ ਬੁਕਿੰਗ ਬੁਕਿੰਗ ਹੋ ਗਈ ਆ ਤੇ ਕੱਲ ਬੋਲ ਰਏ ਸਨ ਆਮ ਆਦਮੀ ਪਾਰਟੀ ਦੇ ਗਰੇਵਾਲ ਸਾਹਿਬ ਆ ਬਾਬ ਗਰੇਵਾਲ ਸਾਹਿਬ ਕਹਿੰਦੇ ਰੋਟੀ ਰਾਟੀ ਖਵਾਵਾਂਗੇ ਚਾਹ ਚੂ ਪਿਆਵਾਂਗੇ ਤੁਸੀਂ ਆਓ ਤੇ ਸਹੀ ਯਾਰ ਪੰਜ ਪੰਜ ਘੰਟੇ ਲਾ ਲਾਂਗੇ ਆਪਾਂ ਕੋਈ ਗੱਲ ਨਹੀਂ ਆ ਅੱਛਾ ਖੁੱਲੇ ਟਾਈਮ ਚ ਚਲੋ ਆ ਫਿਰ ਤੁਸੀਂ ਪੱਤਰਕਾਰ ਹੀ ਸੱਦ ਲਓ ਜੀ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਤਾਂ ਉੱਥੇ ਬਹਿਸ ਆਪਣੇ ਆਪ ਹੀ ਹੋ ਜਾਣੀ ਆ ਜਦੋਂ ਸਵਾਲ ਹੋਣਗੇ ਜੀ ਤੇ ਸਵਾਲ ਫਿਕਸ ਨਾ ਹੋਣ ਸਕ੍ਰਿਪਟਡ ਨਾ ਹੋਣ ਜੀ ਠੀਕ ਹੈ ਨਾ ਜੀ ਜੀ ਬਹਿਸ ਤਾਂ ਚਾਲੂ ਰੱਖੋ ਬਹਿਸ ਨੂੰ ਬੰਦ ਨਾ ਕਰੋ ਹੁਣ ਇਹ ਨਾ ਹੋਵੇ ਕਿ ਤੁਸੀਂ ਉੱਥੇ ਇਕੱਲੇ ਰਹਿ ਜਾਓ ਤੇ ਕਹੋ ਲਾਓ ਬੇ ਲਾਓ ਬੇ ਲਾਓ ਮਾਰੋ ਤਾੜੀ ਕੋਈ ਆਇਆ ਹੀ ਨਹੀਂ ਜੀ ਇਹਦੇ ਨਾਲ ਨਾ ਤੇ ਸਮੱਸਿਆਵਾਂ ਦਾ ਹੱਲ ਹੋਣਾ ਨਾ ਕੋਈ ਨਵੇਂ ਆਈਡੀਆਜ਼ ਤੁਹਾਨੂੰ ਮਿਲਣੇ ਆ ਕੁਝ ਵੀ ਨਹੀਂ ਐ ਸਿਆਸੀ ਠੀਕ ਆ ਕਿ ਤੁਸੀਂ ਆਪਣੀ ਪਿੱਠ ਠੋਕ ਸਕਦੇ ਹੋ ਉਹ ਦੂਜੇ ਕਹਿਣਗੇ ਕਿ ਨਹੀਂ 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 ਆ ਆ ਕਾਰਨ ਆ ਇਹ ਇਸ ਕਰਕੇ ਅਸੀਂ ਤੇ ਆਏ ਨਹੀਂ ਐ ਫਲਾ ਫਲਾ ਗੱਲਾਂ ਹੋਣਗੀਆਂ ਤਾਂ ਉਹਦੇ ਨਾਲ ਚੰਗਾ ਹੈ ਕਿ ਉਸ ਥਾਂ ਤੇ ਪੱਤਰਕਾਰਾਂ ਨੂੰ ਇਨਵਾਈਟ ਕਰੋ ਕਿ ਆਓ ਭਾਈ ਡਿਬੇਟ ਦੇ ਵਿੱਚ ਦੂਜੀਆਂ ਧਿਰਾਂ ਨਹੀਂ ਆ ਰਹੀਆਂ ਪੱਤਰਕਾਰ ਤਾਂ ਤੇ ਆਊਗੀ ਜੀ ਠੀਕ ਹੈ ਜੀ ਤਾਂ ਜਿਹੜਾ ਜੋ ਵੀ ਪੱਖ ਰੱਖਣਾ ਹੈ ਬਈ ਜਿਹੜਾ ਇਹ ਕਹਿੰਦੇ ਨੇ ਕਿ ਪੰਜਾਬ ਐਨੇ ਨੇ ਲੁੱਟਿਆ ਜੀ ਫਿਰ ਉਹ ਤੁਸੀਂ ਉੱਥੇ ਦੱਸ ਦਿਓ ਜੀ ਤੇ ਜਿਹੜੇ ਪੱਤਰਕਾਰ ਮਤਲਬ ਕਿ ਚੌਣ ਤੇ ਉਹ ਤੁਹਾਡੇ ਤੋਂ ਡੇਢ ਪੌਣੇ 2 ਸਾਲ ਦਾ ਹਿਸਾਬ ਉਹ ਲੈ ਲੈਣਗੇ ਜੀ ਕਿ ਤੁਸੀਂ ਉਸ ਲੁੱਟ ਨੂੰ ਹੁਣ ਤੱਕ ਨੰਗਿਆਂ ਕਰਕੇ ਕਿੰਨੇ ਕੁ ਲੁੱਟੇਰੇ ਫੜੇ ਨੇ ਤੇ ਜੋ ਆ ਜਹਾਜਾਂ ਦਾ ਮਾਈਨਿੰਗ ਦਾ ਕਮਿਸ਼ਨਾਂ ਦਾ ਇਹ ਸਾਰਾ ਰੋਲਾ ਰਪਾ ਇਹ ਕਿਹੜੇ ਇਨਕਲਾਬ ਚ ਫਿੱਟ ਬੈਂਦਾ ਹੈ ਮਤਲਬ ਤੁਸੀਂ ਉਹੀ ਜੋ ਕੰਮ ਕਰਨਾ ਹੈ ਉਹ ਕਰ ਲਓ ਆਪਣਾ ਭਈ ਫਲਾਣੇ ਨੇ ਲੁੱਟ ਲਿਆ ਫਲਾਣੇ ਨੇ ਲੁੱਟ ਲਿਆ ਉਹ ਕਰ ਲਓ ਪੱਤਰਕਾਰ ਤੁਹਾਨੂੰ ਆ ਡੇਢ ਪੌਣੇ 2 ਸਾਲ ਦੇ ਸਵਾਲ ਕਰ ਲੈਣਾ ਬਹਿਸ ਪੂਰੀ ਹੋ ਗਈ ਹੋਰ ਬਹਿਸ ਨੂੰ ਉੱਥੇ ਕਿ ਆਪਾਂ ਫੁਮਣ ਲਾਉਣੇ ਤਾਂ ਸੋ ਮੈਨੂੰ ਤੇ ਜਾਂ ਹੁਣ ਜੇਕਰ ਇੱਕ ਹੋਰ ਰਸਤਾ ਹੈਗਾ ਕਿ ਸੈਸ਼ਨ ਤੇ ਬੁਲਾਇਆ ਹੀ ਆ ਉਹ ਪ੍ਰੋਹਿਤ ਸਾਹਿਬ ਪਹਿਲਾਂ ਹੀ ਕਹਿੰਦੇ ਕਹਿੰਦੇ ਮੈਂ ਨਹੀਂ ਮੰਨਦਾ ਇਹਨੂੰ ਉਹਨੇ ਮੰਨਣਾ ਹੀ ਨਹੀਂ ਜਦ ਤੇ ਫਿਰ ਹੁਣ ਜਨਤਾ ਦਾ ਪੈਸਾ ਵੇਸਟ ਕਰਨ ਦਾ ਕੀ ਫਾਇਦਾ ਪਹਿਲਾਂ ਵੀ ਜਿਹੜੇ ਬਿੱਲ ਲਿਆਂਦੇ ਸਨ ਮਤੇ ਲਿਆਂਦੇ ਸਨ ਇਹਨਾਂ ਨੇ 19 20 ਜੂਨ ਨੂੰ ਉਹਨਾਂ ਦਾ ਕੀ ਬਣਿਆ ਬਣ ਗਏ ਚਾਂਸਲਰ ਮਾਨ ਸਾਹਿਬ ਯੂਨੀਵਰਸਿਟੀਆਂ ਦੇ ਜੀ ਬਣ ਗਏ ਹੋ ਗਿਆ 1925 ਵਾਲੇ ਗੁਰਦੁਆਰਾ ਐਕਟ ਦੇ ਵਿੱਚ ਸੋਧ ਵਾਲਾ ਕੰਮ ਜੀ ਇਹਨਾਂ ਗੱਲਾਂ ਤੇ ਆਉਣਾ ਹੀ ਨਹੀਂ ਤੁਸੀਂ ਉਹ ਤਾਂ ਗੱਲ ਨਹੀਂ ਕਰਨੀ ਜੇ ਹੁਣ ਤੱਕ ਉਹ ਨਹੀਂ ਨੇਪਰੇ ਚੜੇ ਤੇ ਐਸਵਾਈਐਲ ਦਾ ਮਤਾ ਪਾ ਕੇ ਅਸੀਂ ਕੀ ਕਰ ਲਾਂਗੇ ਦੱਸੋ ਸੱਤ ਵਾਰੀ ਮਤਾ ਪੈ ਚੁੱਕਾ ਹੈ ਹਾਂਜੀ ਪਾਣੀਆਂ ਤੇ ਜੀ ਅੱਜ ਤੱਕ ਟੋਟਲ ਕੀ ਅਸੀਂ ਉਥੇ ਤੰਬੂ ਪੁੱਟ ਤੇ ਆ ਤੇ ਇਹਦੇ ਨਾਲੋਂ ਚੰਗਾ ਤੁਸੀਂ ਆ ਡਿਬੇਟ ਵਾਲਾ ਕੰਮ ਉਥੇ ਨਿਬੇੜ ਲਓ ਉਥੇ ਤੇ ਆਉਣਗੇ ਨਾ ਇਹ ਕਾਂਗਰਸੀ ਵੀ ਆਉਣਗੇ ਤੁਹਾਡੇ ਗਠਵੰਦਨ ਵਾਲੇ ਗੱਠ ਜੋੜ ਵਾਲੇ ਜੀ ਉਥੇ ਕਾਲੀ ਵੀ ਆਉਣਗੇ ਭਾਜਪਾ ਵਾਲੇ ਵੀ ਆਉਣਗੇ ਬਾਲੀ ਗੱਲ ਗੇਟ ਬੰਦ ਕਰ ਲਵੇ ਅਸੀਂ ਬਾਹਰ ਕਾਊਟ ਕਰਨੀ ਨਹੀਂ ਦੇਣਾ ਆ ਬਣਾਉਂ ਰਹੇ ਤੇ ਉੱਥੇ ਲਿਓ ਵਾਈਟ ਪੇਪਰ ਲੁੱਟਦਾ ਮੈਂ ਅੱਗੇ ਵੀ ਕਿਹਾ ਕਿ ਵਾਈਟ ਪੇਪਰ ਲਿਓ ਲੁੱਟਦਾ 90 ਤੋਂ ਬਾਅਦ ਦਾ ਹੀ ਲਿਓ ਜੀ 90 ਤੋਂ ਬਾਅਦ ਦਾ ਹੀ ਲਿਓ ਵਾਈਟ ਪੇਪਰ ਲਿਓ ਲੁੱਟਦਾ ਕਿਹੜਾ ਕਿਹੜਾ ਲੁਟੇਰਾ ਉਹਦੀ ਲਿਸਟ ਤਿਆਰ ਕਰੋ ਸਾਰੇ ਪੰਜਾਬੀ ਜਿੰਨੇ ਵੀ ਦੁਨੀਆਂ 'ਚ ਵਸਦੇ ਉਹਨਾਂ ਨੂੰ ਪਤਾ ਲੱਗ ਜਾਏਗਾ ਜੀ ਤੇ ਉਤੋਂ ਬਾਅਦ ਬਿਠਾ ਦਿਓ ਕੋਈ ਫਿਰ ਆਪਦੀ ਐਸਆਈਟੀ ਐਸਆਈਟੀ ਤੇ ਤੁਹਾਡੇ ਕੋਲ ਬੈਠ ਹੈਗੀ ਵਾਧੂ ਉਹ ਤਾਂ ਬੈਠਣ ਵਾਲਾ ਕੰਮ ਹੀ ਨਹੀਂ ਹੈਗਾ ਐਸਆਈਟੀ ਤੌਰ ਤੇ ਉਹ ਕਿਸੇ ਪਾਸੇ ਲਾਓ ਵੀ ਹਿਸਾਬ ਕਿ ਤਾਂ ਵਿਜੀਲੈਂਸ ਹੈ ਹੀ ਤੁਹਾਡੇ ਕੋਲ ਗੱਡੀਆਂ ਉਹਨਾਂ ਨੂੰ ਚਾਰ ਹੋਰ ਲੈ ਦਿਓ ਬਲੇਰੋ ਹੂੰ ਹੂੰ ਕਰਦੀਆਂ ਫਿਰਣ ਸੋ ਗੱਲ ਇਹ ਆ ਕਿ ਹੁਣ ਸਮਝ ਨਹੀਂ ਆਉਂਦੀ ਸੈਸ਼ਨ ਵੀ ਸੰਵਿਧਾਨਕ ਹੈ ਗੈਰ ਸੰਵਿਧਾਨਕ ਹੈ ਬਹਿਸ ਤੋਂ ਨਿਕਲਣਾ ਕੀ ਆ ਕੁਝ ਵੀ ਪਤਾ ਨਹੀਂ ਲੱਗ ਰਿਹਾ ਲੈ ਹਲੇ ਬਣੂ ਕੀ ਉਰ ਤੱਕ ਕੋਈ ਨਹੀਂ ਪਤਾ ਬਹਿਸ ਤਾਂ ਪਹਿਲਾਂ ਕੀ ਹੋਊਗਾ ਸਹੀ ਬਹਿਸ ਤਾਂ ਪਹਿਲਾਂ ਬਹਿਸ ਆਹੀ ਬਹਿਸ ਹੋ ਰਹੀ ਆ ਜੀ ਜੀ ਜਿਹੜੀ ਹੋ ਰਹੀ ਆ ਹੀ ਨਿਕਲਣਾ ਤੇ ਜਾਂ ਫ੍ਰੀਕਰ ਨਮਨ ਸਾਹਿਬ ਪਹਿਲ ਕਰ ਦੇਣ ਵੀ ਭਾਈ ਸਾਡੇ ਤਾਂ ਪੰਜ ਬੰਦੇ ਆ ਤੇ ਤੁਸੀਂ ਉਹਦੇ ਪੰਜ-ਪੰਜ ਤਾਂ ਤੋੜ ਦਿਓ ਘੱਟੋ ਘੱਟ ਇਹਨਾਂ ਤਾਂ ਕੰਮ ਕਰ ਸਕਦੇ ਹੋ ਹਾਂਜੀ ਕਿੱਧਰ ਨੂੰ ਤੋੜਨਾ ਵੀ ਪੰਜ-ਪੰਜ ਜਾਣੇ ਬਹਿਸ ਤੇ ਆਇਓ ਭਾਈ ਸਾਡੇ ਤਾਂ ਪੰਜ-ਸੱਤ ਬੰਦੇ ਆ ਹੋਣਗੇ ਆ ਮੈਂ ਤਾਂ ਆਪਦਾ ਪੈਨਲ ਕਰਤਾ ਕੋਸ਼ ਤੇ ਤੁਸੀਂ ਵੀ ਕਰ ਦਿਓ ਚਾਰ-ਚਾਰ ਪੰਜ ਨਹੀਂ 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 ਬਹਿਸ ਪੰਜ-ਪੰਜ ਬੰਦੇ ਦੇ ਉਹ ਤਾਂ ਫਿਰ ਬਹਿਸ ਵਰਕਰ ਆ ਉਹ ਤਾਂ ਫਿਰ ਰਾਤ ਨੂੰ 8 ਵਜੇ ਚੈਨਲ ਹੀ ਦੇਖ ਲਓ ਉੱਥੇ ਬੈਠੇ ਹ ਸੁਣਦੀ ਆ ਕੋਈ ਚੱਜ ਦੀ ਗੱਲ ਸੁਣਦੀ ਏ ਤੁਹਾਨੂੰ ਮੈਂ ਇੱਕ ਘੰਟਾ ਵੇਸਟ ਕਰਦਾ ਡੇਲੀ ਵੇਸਟ ਕਰਦਾ ਸੱਚਮੁੱਚ ਜੀ ਇੱਕ ਘੰਟਾ ਮੇਰਾ ਡੇਲੀ ਦਾ ਵੇਸਟ ਹੁੰਦਾ ਇਹਨਾਂ ਤੇ ਪਰ ਫਿਰ ਮੈਂ ਨਿਕਲ ਜਾਣਾ ਬੈਠਾ ਹਾਂ ਇੱਕ ਘੰਟਾ ਲਾਈਦਾ ਵੀ ਕੋਈ ਸ਼ਾਇਦ ਕੋਈ ਹੁਣ ਚੱਜ ਦੀ ਗੱਲ ਆਊਗੀ ਹੁਣ ਚੱਜ ਦੀ ਗੱਲ ਆਊਗੀ ਜੀ ਸੋ ਬੈਸ ਉੱਥੇ ਸਾਰਥਕ ਹੁੰਦੀ ਆ ਮਾਨ ਸਾਹਿਬ ਜਿੱਥੇ ਗਲਤੀਆਂ ਪ੍ਰਵਾਨ ਕੀਤੀਆਂ ਜਾਂਦੀਆਂ ਸਾਡੀ ਕੌਮ ਚ ਤੇ ਆਦਤ ਹੀ ਆ ਨੀ ਜੀ ਕਿ ਅਸੀਂ ਗਲਤੀ ਕਰਕੇ ਫਰਾਕਦਲੀ ਨਾਲ ਆਖੀਏ ਕਿ ਹਾਂ ਭਾਈ ਮੇਥੋ ਗਲਤੀ ਹੋ ਗਈ ਆ ਅਸੀਂ ਇੱਕ ਗਲਤੀ ਨੂੰ ਢੱਕਣ ਵਾਸਤੇ ਸੌ ਪਿੱਛੇ ਹੋਰ ਕਰ ਜਾਣੀਆਂ ਨੇ ਜੀ 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 ਤਾਂ ਇਧਰੋਂ ਕਰਮ ਸਿੰਘ ਜੀ ਇਹ ਕਰੇ ਜੀ ਕਿ ਜਾਖੜ ਸਾਹਿਬ ਕਿਹੜੇ ਪਾਸੇ ਦੀ ਗੱਲ ਕਰਨਗੇ ਪਹਿਲਾਂ ਕਾਂਗਰਸੀ ਸੀ ਹੁਣ ਭਾਜਪਾ ਦੀ ਕਹਿੰਦੇ ਇਹ ਸਮਝ ਨਹੀਂ ਆ ਰਹੀ ਕਿਹੜੇ ਪਾਸੇ ਹੋਣਗੇ ਇੱਕ ਉਹ ਤਾਂ ਭਾਈ ਪਤਾ ਨਹੀਂ ਹੁਣ ਜਾਖੜ ਸਾਹਿਬ ਜੇ ਜਾਣਗੇ ਤਾਂ ਪਤਾ ਲੱਗੂਆ ਹੁਣ ਸਾਨੂੰ ਨਹੀਂ ਪਤਾ ਜੀ ਹੈਗਾ ਮੈਂ ਤਾਂ ਇਹ ਕਹਿਣਾ ਕਿ ਭਾਈ ਗੱਲ ਇਹ ਆ ਕਿ ਤੁਸੀਂ ਉਹਨਾਂ ਤੋਂ ਹਸਾਬ ਕਿਤਾਬ ਲਓ ਤੇ ਆਪ ਦਾ ਹਸਾਬ ਕਿਤਾਬ ਵੀ ਦਿਓ ਜੀ ਠੀਕ ਹੈ ਨਾ ਜੀ ਆਪ ਦਾ ਹਸਾਬ ਕਿਤਾਬ ਵੀ ਦਿਓ ਦਿਓ ਹਸਾਬ ਕਿਤਾਬ ਕਿ ਜਹਾਜ਼ਾਂ ਤੇ ਹੁੰਟਿਆਂ ਤੇ ਹੁਣ ਤੱਕ ਕਿੰਨਾ ਖਰਚ ਆਇਆ ਜੀ ਤੇ ਉਹਦਾ ਆਉਟਪੁੱਟ ਕੀ ਹੈ ਸਾਡੇ ਕੋਲ ਜੀ ਦਿਓ ਹਸਾਬ ਕਿ ਟੋਟਲ ਇਸ਼ਤਿਹਾਰਾਂ ਤੇ ਕਿੰਨਾ ਖਰਚ ਆਇਆ ਤੇ ਉਹ ਨਾਲ ਇਸ਼ਤਿਹਾਰਾਂ ਤੋਂ ਬਾਅਦ ਸਾਡਾ ਐਵਰੇਜ ਇਨਵੈਸਟਮੈਂਟ ਕਿੰਨਾ ਵਧਿਆ ਜੀ ਉਹਨਾਂ ਦੇ ਰਾਜ ਚ ਕਿੰਨੀ ਕਤਲਗਾਰਤ ਹੁੰਦੀ ਸੀ ਤੁਹਾਡੇ ਰਾਜ ਚ ਕਿੰਨੀ ਕਤਲਗਾਰਤ ਹੋਈ ਆ ਉਨ੍ਹਾਂ ਦੇ ਰਾਜ ਚ ਕਿੰਨੀ ਰੰਗਦਾਰੀ ਗਈ ਆ ਤੁਹਾਡੇ ਰਾਜ ਚ ਕਿੰਨੀ ਰੰਗਦਾਰੀ ਗਈ ਆ ਇਹ ਕਰੋ ਸਾਹਿਬ ਕਿਹਦੇ ਰਾਜ ਚ ਜੇਲਾ ਚ ਕੀ ਕੁਛ ਹੋਇਆ ਤੇ ਕਿਹਦੇ ਰਾਜ ਚ ਰੁਕਿਆ ਉਹ ਦੱਸੋ ਜਾਂ ਤਾਂ ਇਹ ਦੱਸਣਾ ਪੈਂਦਾ ਅਕਾਲੀ ਬਾਈਕਾਟ ਕਰ ਜਾਣ ਕੋਈ ਕਰ ਜਾਣ ਅਸੀਂ ਕਿਸੇ ਨੂੰ ਭਜਣ ਦਿੰਦੇ ਅਸੀਂ ਅਸੀਂ ਤੱਕ ਹੀ ਰਾਂਗੇ ਤੁਸੀਂ ਨਵੇੜ ਲੋ ਠੀਕ ਆ ਨਹੀਂ ਤਾਂ ਅਸੀਂ ਰੱਖਾਂਗੇ ਤੱਥ ਅਸੀਂ ਰੱਖਾਂਗੇ ਤੱਥ ਸਾਰਿਆਂ ਦੇ ਰੱਖਾਂਗੇ ਜੀ ਠੀਕ ਹੈ ਨਾ ਜੀ ਤੇ ਆਮ ਆਦਮੀ ਪਾਰਟੀ ਦੀ ਵੀ ਰੱਖਾਂਗੇ ਫਿਰ ਇਹਨਾਂ ਨੂੰ ਕਿਉਂ ਛੱਡਾਂਗੇ ਅਸੀਂ ਡੇਢ ਪੌਣੇ 2 ਸਾਲ ਵਾਲੇ ਜਿੰਨਾ ਸਮਾਂ ਹੈਗਾ ਜੀ 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 ਤਾਂ ਅਸੀਂ ਉਹਨਾਂ ਨੂੰ ਵੀ ਨਹੀਂ ਜਾਣ ਦੇਵਾਂਗੇ ਇਹਨਾਂ ਨੂੰ ਵੀ ਨਹੀਂ ਜਾਣ ਦੇਵਾਂਗੇ ਮੈਂ ਅੱਗੇ ਵੀ ਕਿਹਾ ਸੀ ਆਪਦੇ ਲਾਈਵ 'ਚ ਮੈਂ ਕਿਹਾ ਜੀ ਅਸੀਂ ਨਹੀਂ ਹਣ ਤੁਹਾਨੂੰ ਜਾਣ ਦੇਦੇ ਤੁਸੀਂ ਟਿਕਾਣੇ ਤੇ ਆ ਗਿਓ ਤੁਹਾਡੀ ਬਹਿਸ 'ਚ ਕੋਈ ਪਹੁੰਚੇ ਨਾ ਪਹੁੰਚੇ ਲੋਕਾਂ ਦੇ ਹੱਥ 'ਚ ਸਚਾਈ ਜ਼ਰੂਰ ਫੜਾ ਦੇਾਂਗੇ ਅਸੀਂ ਜੀ ਕੋਈ ਨਹੀਂ ਵੇਟ ਕਰੋ ਕੋਈ ਗੱਲ ਨਹੀਂ ਆਉਣ ਦਿਓ ਇਹਨਾਂ ਦੀ ਬਹਿਸ ਦੇ ਵਿੱਚ ਜੀ ਜੀ ਜਿਹੜਾ ਕੋਈ ਆਉਂਦਾ ਜੋ ਨਾ ਆਇਆ ਤਦ ਵੀ ਲੋਕਾਂ ਚ ਤਾਂ ਬਹਿਸ ਛੜਾਂਗੇ ਹੀ ਛੜਾਂਗੇ ਨਾ ਹਾਂਜੀ 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 ਤੇ ਇਹਦੇ ਨਾਲ ਮਨਜੀਤ ਪਰਮਾਰ ਜੀ ਆ ਇਹ ਕਹਿੰਦੇ ਆ ਕਿ ਮਿੰਟੂ ਜੀ ਕਹਿੰਦੇ ਕਿ ਮਾਨ ਸਾਹਿਬ ਤਾਂ ਇਹੋ ਚਾਹੁੰਦੇ ਨੇ ਕਿ ਵਾ 15 ਦਿਨ ਲੱਗੇ ਰਹੋ ਕੰਮ ਤੇ ਬਹਿਸ ਬਾਰੇ ਗੱਲ ਅੰਗਰੀ ਜਾਓ ਬਾਅਦ ਦੇ ਵਿੱਚ ਕੀ ਹੈ ਕਿ ਮੈਂ ਉਹਦੇਲੇ ਪਾਸੇ ਪ੍ਰਚਾਰ ਕਰਾਂਗਾ ਇਨ ਮੀਨ ਟਾਈਮ ਕਹਿੰਦੇ ਕਿ ਨਹੀਂ ਨਹੀਂ ਅਸੀਂ ਅਸੀਂ ਇੰਨਾ ਗੱਲਾਂ ਚ ਨਹੀਂ ਹੋਲ ਜਦ ਅਸੀਂ ਇਹ ਵੇਖ ਲਓ ਜਹਾਜੂ ਜੋ ਵਿੱਚ ਹੀ ਭਜਾਈ ਫਿਰਦੇ ਉਹਨਾਂ ਦੇ ਜੀ ਮਾਈਨਿੰਗ ਮੂਵਿੰਗ ਵਾਲੇ ਟਰੱਕ ਵਿੱਚ ਹੀ ਚੱਲੀ ਜਾਂਦੇ ਇਸ ਬਹਿਸ ਦੇ ਜੀ ਯਾਨੀ ਇਹੀ ਤਾਂ ਹੈ ਨਾ ਕਿ ਜਨਤਾ ਦਾ ਕੰਮ ਹੈ ਕਿ ਬਹਿਸ ਤੇ ਕੇਂਦਰਤ ਰਹੋ ਜੀ ਮੁੱਦਿਆਂ ਤੇ ਕੇਂਦਰਤ ਰਹੋ ਜੀ ਇਧਰ ਉਧਰ ਦੀਆਂ ਗੱਲਾਂ ਨਾ ਕਰੋ ਕਿ ਉਹ ਜਿੱਤ ਗਿਆ ਉਹ ਹਾਰ ਗਿਆ ਮੈਂ ਤਾਂ ਹੀ ਦੱਸਿਆ ਨੇ ਕਿ ਸਾਰਥਿਕ ਬਹਿਸ ਉੱਥੇ ਹੁੰਦੀ ਆ ਉੱਥੇ ਉਹ ਫਾਇਦੇਮੰਦੀ ਹੁੰਦੀ ਆ ਜਿੱਥੇ ਇੱਕ ਨੇ ਪ੍ਰਵਾਨ ਕਰ ਲੈਣਾ ਕਿ ਹਾਂ ਮੈਥੋਂ ਹੀ ਗਲਤੀ ਹੋਈ ਆ ਜੀ 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 ਤੇ ਆਓ ਹੁਣ ਆਪਾਂ ਇਹਨਾਂ ਗਲਤੀਆਂ ਨੂੰ ਰਲ ਮਿਲ ਕੇ ਅੱਗੇ ਸੁਧਾਰਨਾ ਕਿੱਦਾਂ ਉਹਦੇ ਤੇ ਵਿਚਾਰ ਕਰੀਏ ਹਾਂਜੀ ਜੀ 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 ਤਾਂ ਇਧਰੋਂ ਮਲਕੀਤ ਸਿੰਘ ਖੁੱਡੀਆਂ ਜੀ ਆਏ ਕਹਿੰਦੇ ਕਿ ਕਿਸਾਨ ਜਥੇਬੰਦੀਆਂ ਨੇ ਵੀ ਸੱਦਾ ਦੇਣਾ ਚਾਹੀਦਾ ਸਿਮਰਜੀਤ ਕੁਲਰੀਆ ਉਹ ਕਹਿੰਦੇ ਜੀ ਮੈਂ ਵੀ ਸਵਾਲ ਲਿਖ ਕੇ ਭੇਜ ਦੇਣਾ ਮਾਨ ਸਾਹਿਬ ਲਈ ਦੇਣ ਜਵਾਬ ਤੇ ਉਹ ਤਾਂ ਬਈ ਹੁਣ ਕੰਮ ਹੀ ਬੰਦ ਕਰਤਾ ਸਲਾਹ ਆ ਜਾਂ ਸਵਾਲਾਂ ਵਾਲਾ ਬੰਦ ਹੀ ਕਰਤਾ ਹੁਣ ਨਹੀਂ ਖੋਲਦਾ ਮੈਨ ਲੱਗਾ ਸਵਾਲ ਇੰਨੇ ਆ ਕਿ ਮਾਨ ਸਾਹਿਬ ਨੂੰ ਇੱਕ 90 ਮਿੰਟ ਦੀ ਕੈਸਟ ਰਿਕਾਰਡ ਕਰਨੀ ਪਊਗੀ ਬਹੁਤ ਲੰਮੇ ਸਮੇਂ ਤੋਂ ਇਹਨਾਂ ਨੇ ਕੈਸਟ ਰਿਕਾਰਡ ਨਹੀਂ ਕੀਤੀ ਉਹੀ ਮਿਲਦਾ ਸਕ੍ਰਿਪਟ ਤਿਆਰ ਕਰਕੇ ਨਹੀਂ ਤਾਂ ਜੋ ਮਰਜ਼ੀ ਕਰ ਲੈ 90 ਮਿੰਟ ਦੀ ਸਕ੍ਰਿਪਟ ਤਿਆਰ ਕਰਨੀ ਪਾਉਗੀ ਆਪਣੀ ਸਫਾਈ ਦੇਣ ਵਾਸਤੇ ਜੀ ਇਹ ਅਸਲ ਚ ਕੀ ਹੈ ਕਿ ਉਹ ਪੰਡਾਲ ਸਜਿਆ ਹੁੰਦਾ ਉਹਦੇ ਸਾਹਮਣੇ ਬੈਠੇ ਆਪਣੇ ਬੰਦੇ ਤੇ ਕੁਝ ਸਾਨੂੰ ਮਜ਼ਾ ਆਉਂਦਾ ਸਾਨੂੰ ਕੀ ਚਾਹੀਦਾ ਹੁੰਦਾ ਦੋ ਤਿੰਨ ਚੀਜ਼ਾਂ ਸਾਡੇ ਸਮਾਜ ਨੂੰ ਚਾਹੀਦੀਆਂ ਹੁੰਦੀਆਂ ਨਿੰਦਿਆ ਜੀ ਠੀਕ ਹੈ ਜੀ ਜਿਹਨੂੰ ਆਪਾਂ ਭੰਡੀ ਪ੍ਰਚਾਰ ਕਹਿੰਦੇ ਨੇ ਉਹ ਦੂਜੀ ਦੀ ਨਿੰਦਿਆ ਤਵਾਲਾਣਾ ਦਵਜੰਤੇ ਚੁਟਕਲੇ ਜੀ ਠੀਕ ਹੈ ਜੀ ਤੇ ਤੀਸਰਾ ਸਾਨੂੰ ਸਬਜ਼ ਬਾਗ ਅੱਛਾ ਲੱਗਦਾ ਹੈ ਇਹ ਤਿੰਨ ਚੀਜ਼ਾਂ ਮਾਨ ਸਾਹਿਬ ਕੋਲ ਕੁੱਟ-ਕੁੱਟ ਕੇ ਭਰੀਆਂ ਗੁਣ ਆਉਂਦਾ ਚ ਜੀ ਮਨੋਰੰਜਨ ਵੀ ਖੂਬ ਸਬਜ਼ ਬਾਗ ਵੀ ਖੂਬ ਤੇ ਨਿੰਦਿਆ ਵੀ ਖੂਬ ਤੁਸੀਂ ਕਦੇ ਵੀ ਦੇਖ ਲਿਓ ਕੋਈ ਕਿਸੇ ਦੀ ਨਿੰਦਿਆ ਕਰ ਰਿਹਾ ਹੋਊਗਾ ਕੰਨ ਧੱਕੇ ਨਾਲ ਹੀ ਆਇਆ ਹੋ ਜਾਂਦਾ ਜੀ ਐਵੇਂ ਹੀ ਬਿਨਾ ਗੱਲ ਤੋਂ ਅਸੀਂ ਆਪ ਦਾ ਸਮਾਂ ਫਜ਼ੂਲ ਗੁਆ ਰਹੇ ਹਾਂ ਹੈ ਹੈ ਕਿ ਦੇ ਕੀ ਗੱਲ ਚੱਲ ਰਹੀ ਹੈ ਚੁਟਕਲਾ ਬੈਠੇ ਆ ਚਾਰ ਦੋਸਤ ਜੇ ਕੋਈ ਚੱਜ ਦੀ ਗੱਲ ਕਰੂਗਾ ਨਾ ਉਹ ਯਾਰ ਤੂੰ ਕੀ ਡੰਡ ਲਈ ਜਨੈ ਯਾਰ ਕੀ ਗੱਲ ਦੂਜੀ ਕਰ ਉਹ ਦੂਜੀ ਗੱਲ 헤ਚੇ 헤ਚਾਲੀ ਉਹ ਸਾਨੂੰ ਚੰਗੀ ਲੱਗਦੀ ਹੈ ਜੇ ਕੋਈ ਦੋਸਤ ਮਿੱਤਰ ਚੱਜ ਦੀਆਂ ਗੱਲਾਂ ਸੁਣਾਉਣ ਲੱਗਦਾ ਉਹਨੂੰ ਰੋਕ ਦਿੱਤਾ ਜਾਂਦਾ ਹੈ ਜੀ ਠੀਕ ਹੈ ਜੀ ਸਬਜ਼ ਬਾਗ ਸਬਜ਼ ਬਾਤ ਮਤਲਬ ਕਿ ਹਵਾਈ ਕਿਲੇ ਉਸਾਰਨੇ ਜੀ ਮੈਂ ਤੁਹਾਨੂੰ ਚੰਨ ਤੇ ਪਲਾਟ ਲੈ ਦੂੰਗਾ ਬਸ ਅਸੀਂ ਉਹ ਤੋਂ ਹੀ ਕਲਪਨਾ ਕਰਨੀ ਹੈ ਚੰਨ ਤੇ ਮੇਰੇ ਸੋਨੂ ਦਾ ਕਮਰਾ ਕਿਹੜੀ ਸਾਈਡ ਹੋਏਗਾ ਮੇਰੀ ਘਰ ਵਾਲੀ ਰਸੋਈ ਕਿੱਧਰ ਜਾਏਗੀ ਮੈਂ ਤਾਂ ਵੀ ਟਾਈਟਾ ਇਸ ਵਾਲੇ ਦੋ ਨਾ ਬੁੱਕ ਕਰ ਲੈਣਾ ਕਿਤੇ ਆ ਆ ਹਾਲ ਹੈ ਸਰ ਦਾ ਹਾਂਜੀ ਉਲਝਦੇ ਹਾਂ ਅਸੀਂ ਜੀ 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 ਤੇ ਰਾਜ ਕੁਮਾਰ ਜੀ ਤੁਸੀਂ ਕਹਿੰਦੇ ਕਿਤਾਬਾਂ ਦੱਸ ਦਿਓ ਮੈਨੂੰ ਦੋ ਚਾਰ ਜੀ ਪੜਨ ਵਾਸਤੇ ਕੋਈ ਵਧੀਆ ਜੀ ਥੈਂਕਸ ਤੁਸੀਂ ਦੱਸ ਦਿਓ ਤੁਸੀਂ ਕਿੰਦਾ ਨਹੀਂ ਚੀਜ਼ ਪੜਨਾ ਚਾਹੁੰਦੇ ਹੋ ਉਹ ਮੈਂ ਪੁੱਛਦਾ ਮੈਂ ਸਭ ਕੁਝ ਤੁਹਾਡੇ ਕੋਲ ਹੈ ਜੀ ਜੀ ਆਪਣੀ ਰੁਚੀ ਅਨੁਸਾਰ ਗੂਗਲ ਮਾਰੋ ਜੀ ਅੱਜ ਕੱਲ੍ਹ ਹੋਰ ਚੀਜ਼ ਆ ਥੋੜਾ ਜਿਹਾ ਸਬਸਕ੍ਰਿਪਸ਼ਨ ਖਰਚਾ ਕਰੋ ਆਡੀਓ ਬੁੱਕ ਆ ਤੁਹਾਡੇ ਕੋਲ ਹੈ ਮੰਚ ਨੇ ਪੰਜਾਬੀ ਵੀ ਆ ਹਿੰਦੀ ਵੀ ਆ ਅੰਗਰੇਜ਼ੀ ਵੀ ਆ ਯਾਰ ਗਿਆਨ ਦਾ ਸਾਗਰ ਹੈ ਛੁੱਪੀ ਮਾਰੋ ਜੋ ਮਰਜ਼ੀ ਲੈਣਾ ਜੋ ਵੀ ਤੁਹਾਡੀ ਰੁਚੀ ਆ ਪੜਨ ਦੀ ਜਿੱਥੇ ਤੁਹਾਡਾ ਮਨ ਲੱਗ ਜੇ ਟਕਾਓ ਹੋ ਜਾਵੇ ਪੜਨ 'ਚ ਤੇ ਉਹ ਤੁਸੀਂ ਸਰਚ ਕਰ ਲਓ ਸਾਰੀਆਂ ਕਿਤਾਬਾਂ ਉਸ ਨਾਲ ਦੀਆਂ ਮਿਲ ਜਾਣੀਆਂ ਨੇ ਕਿ ਇਤਿਹਾਸ ਪੜਨਾ ਹੈ ਕੀ ਕਰਨਾ ਹੈ ਸਿੱਖ ਰਾਜ ਬਾਰੇ ਪੜਨਾ ਹੈ ਇੰਡੀਆ ਦੀ ਹਿਸਟਰੀ ਪੜ੍ਹਨੀ ਆ ਸਾਰਾ ਕੁਝ ਮੌਜੂਦ ਆ ਜੀ ਉਹ ਸੈੱਟ ਮੰਗਾ ਲਓ ਪੜੀ ਚੱਲੋ ਜੀ ਤੇ ਗੱਲ ਇਹ ਆ ਕਿ ਮੈਂ ਕਹਾਂਗਾ ਕਿ ਜੇ ਆਪਣੇ ਹਰ ਇੱਕ ਕੋਲ ਟਾਈਮ ਨਹੀਂ ਆ ਨਾ ਮਾਨ ਸਾਹਿਬ ਤਦ ਵੀ ਸਾਨੂੰ ਕਿਤਾਬਾਂ ਸੁਣ ਲੈਣੀਆਂ ਚਾਹੀਦੀਆਂ ਜਾਂ ਪੜ੍ਹ ਲੈਣੀਆਂ ਚਾਹੀਦੀਆਂ 5 10 ਪੰਨੇ ਹੀ ਦਿਨ ਚ ਪੜ੍ਹ ਲਓ ਸੌਣ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਉਹ ਅੱਛੀ ਆਦਤ ਹੈ ਅੱਛੀ ਆਦਤ ਜੀ 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 ਤਾਂ ਇਹਦੇ ਨਾਲ ਜੀਤਮਿੰਦਰ ਬਾਰੇ ਜਾਣਕਾਰੀ ਦਿਓ ਜੀ ਵਿਜੇ ਵਿਨੇ ਆਪਣਾ ਵਿਜੇ ਜੀ ਕਹ ਰਹੇ ਆ ਵਿਜੇ ਬੰਸਲ ਜੀ ਉਹ ਕੁਛ ਨਹੀਂ ਬਾਵਾਦ ਦੇ ਵਿੱਚ ਉਪੀਸੀ ਕਰ ਗਏ ਆਪਣੀ ਬਸ ਸਪਾਈ ਦੇ ਹਸਤੀਫਾ ਦੇ ਗਏ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਨੁਸ਼ਾਸਨ ਕਮੇਟੀ ਦਾ ਜਦੋਂ ਵੀ ਮੰਨ ਲੋ ਇਕੱਠ ਹੋਵੇ ਤਾਂ ਸਮਝ ਲਓ ਕਿ ਇੱਕ ਬੰਦਾ ਜਾਣ ਵਾਲਾ ਹੈ ਜੀ ਜਾਂ ਬੰਦੇ ਦੇ ਨਾਲ ਹੋਰ ਬੰਦੇ ਜਾਣ ਵਾਲੇ ਆ ਉਹ ਪਹਿਲਾਂ ਹੀ ਦੱਸ ਦਿੰਦੇ ਆ ਕਿ ਇਹਨੂੰ ਮਤਲਬ ਕਿ ਕਾਲੀ ਇਸ ਕਰਕੇ ਪਈ ਹੈ ਕਿਉਂਕਿ ਪਾਰਟੀ ਨੂੰ ਹੁਣ ਇਹਦੀ ਲੋੜ ਨਹੀਂ ਜੀ ਤੇ ਉਧਰੋਂ ਅਗਲਾ ਕਹਿ ਦਿੰਦਾ ਕਿ ਨਹੀਂ 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 ਮੈਂ ਤੇ ਆਪਣੀ ਮਰਜ਼ੀ ਨਾਲ ਜਾ ਰਿਹਾ ਵਾਂ ਜੀ ਆ ਹਾਲਿਆ ਤੇ ਆ ਰੋਲਾ ਆ ਉਹ ਬਸ ਜਿੱਥੋਂ ਦੀ ਇੱਟ ਸੀਗੀ ਉੱਥੇ ਲੱਗ ਜੂਗੀ ਜਾ ਕੇ ਪਹੁੰਚਕ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀਗਾ ਆਏ ਕਿੱਥੋਂ ਸੀਗੇ ਕਾਲੀ ਦਲ ਚੋਂ ਜਿੱਤੇ ਪਹਿਲਾ ਇਲੈਕਸ਼ਨ ਦੂਸਰੀ ਵਾਰ ਸ਼ਾਇਦ ਆਜ਼ਾਦ ਖੜੇ ਸੀਗੇ ਜੀ ਫਿਰ ਉਹ ਚੱਲ ਗਿਆ ਕਾਂਗਰਸ ਚ ਜੀ ਫਿਰ ਜਿੱਤ ਗਿਆ ਤੇ ਆ ਗਿਆ ਦੁਬਾਰਾ ਕਾਲੀ ਦਲ ਚ ਫੇਰ ਹੁਣ ਪਿਛੇ ਜਿਹੇ ਤਿਹਾਰ ਗਏ ਇੱਕ ਜ਼ਿਮਨੀ ਚੋਣ ਵੀ ਜਿੱਤੇ ਸਨ ਤਬਈ ਹੁਣ ਫੇਰ ਦੁਬਾਰਾ ਉਥੇ ਕਾਂਗਰਸ ਚ ਚਲੇ ਜਾਣਗੇ ਇਹ ਤਾਂ ਐ ਹੀ ਆ ਜੀ ਬਸ ਗੱਲ ਆ ਕਿ ਕੁਝ ਲੀਡਰ ਹੁੰਦੇ ਆ ਨਾ ਜਿਹੜੇ ਉਹਨਾਂ ਦੇ ਪੈਰਾਂ ਚ ਪੌਰੀ ਹੁੰਦੀ ਉਹ ਨਹੀਂ ਖਲੋ ਸਕਦੇ ਇੱਕ ਜਗ੍ਹਾ ਤੇ ਤੁਰੇ ਫਿਰਨਾ ਲਾ ਵੀ ਰੇਦੀ ਇੱਕ ਕੈਸਟ ਦਾ ਗਾਣਾ ਸੀ ਤੁਰ ਫਿਰ ਕੇ ਮੇਲਾ ਵੇਖ ਇਹ ਕੁਝ ਸਿਆਸਤਦਾਨ ਤੁਰ ਫਿਰ ਕੇ ਮੇਲਾ ਵੇਖਣ ਆਲੀ एतिरा ई चलंदा कम जी जी जी